ਕੱਲ ਪੂਰੇ ਦੇਸ਼ ਭਰ ਵਿੱਚ ਆਜ਼ਾਦੀ ਦਾ 73ਵਾਂ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਆਜ਼ਾਦੀ ਦੇ ਦਿਹਾੜੇ ਤੇ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ, ਪਰ ਸ਼ਹੀਦ ਪਰਿਵਾਰਾਂ ਲਈ ਇਹ ਆਜ਼ਾਦੀ ਗੁਲਾਮੀ ਨਾਲੋਂ ਵੀ ਮਾੜੀ ਹੈ, ਕਿਉਂਕਿ ਸਰਕਾਰ ਨੇ ਸ਼ਹੀਦ ਪਰਿਵਾਰਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਹਾਲੇ ਤੱਕ ਵੀ ਪੂਰੇ ਨਹੀਂ ਕੀਤੇ ਗਏ। ਗੱਲ ਕਰਦੇ ਹਾਂ 14 ਫਰਵਰੀ ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦੀ, ਜਿਸ ਦੀ ਸ਼ਹਾਦਤ ਬਾਅਦ ਉਸਦੇ ਪਿਤਾ ਸਤਪਾਲ ਅੱਤਰੀ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਜੋ ਹੁਣ ਤੱਕ ਵੀ ਪੂਰੇ ਨਹੀਂ ਹੋ ਸਕੇ। ਕਿਆ ਮਕਸਦ ਕਹਤੇ ਹੈ ਕਿ ਜੇ ਆਜ਼ਾਦੀ ਜੋ ਸ਼ਹੀਦੋਂ ਕੀ ਦੇਣ ਹੈ, ਤੋ ਸ਼ਹੀਦ ਪਰਿਵਾਰੋਂ ਕੇ ਲੀਏ ਸਰਕਾਰ ਕਿਆ ਕਰਤੀ ਹੈ? ਕਮ ਸੇ ਕਮ ਜੋ ਵਾਅਦੇ ਉਹਨਾਂ ਨੇ ਕੀਏ ਵੋ ਵਾਅਦੇ ਤੋ ਨਿਭਾਏ ਜਾਏ। ਆਜ਼ਾਦੀ ਕਾ ਜਸ਼ਨ ਤਭੀ ਕਾਮਯਾਬ ਹੋਗਾ, ਤਭੀ ਹਮ ਉਨ ਸ਼ਹੀਦੋਂ ਕੋ ਨਮਨ ਕਰ ਪਾਏਂਗੇ, ਜਬ ਇਨ ਸ਼ਹੀਦ ਪਰਿਵਾਰੋਂ ਨੇ ਜਿਨ੍ਹੋਂਨੇ ਇਸ ਤਿਰੰਗੇ ਕੀ ਸ਼ਾਨ ਕੇ ਲੀਏ, ਇਸ ਆਜ਼ਾਦੀ ਕੀ ਗਰਿਮਾ ਕੇ ਲੀਏ ਆਪਣੇ ਘਰੋਂ ਕੀ ਚਿਰਾਗ ਕੁਰਬਾਨ ਕਰ ਦੀਏ, ਅਗਰ ਉਨਕੇ ਰਿਸ਼ਤੇ ਜ਼ਖਮੋਂ ਪਰ ਮਰਹਮ ਲਗਾਈ ਜਾਏ, ਨਾ ਕਿ ਉਨਕੇ ਰਿਸ਼ਤੇ ਜ਼ਖਮੋਂ ਪਰ ਸਰਕਾਰ ਨਮਕ ਲਗਾਏ। ਮੇਰਾ ਨਾਮ ਸਤਪਾਲ ਅੱਤਰੀ ਹੈ, ਮੈਂ ਸ਼ਹੀਦ ਮਨਿੰਦਰ ਸਿੰਘ ਦਾ ਡੈਡੀ ਹਾਂ, ਜਿਹੜਾ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਵਿੱਚ ਬੱਸ ਦੇ ਅਟੈਕ ਦੇ ਵਿੱਚ ਸ਼ਹੀਦ ਹੋ ਗਿਆ ਜੀ। ਜਿਹੜੀ ਮੇਨ ਮੰਗ ਜਿਹੜੀ ਹੈਗੀ ਆ, ਅਤੇ ਮੇਰਾ ਛੋਟਾ ਬੇਟਾ ਜੀ ਜਿਹੜਾ CRPF 'ਚ ਹੈਗਾ, ਅਤੇ ਉਹਨੂੰ ਪੰਜਾਬ ਸਰਕਾਰ ਦੇ ਵਿੱਚ ਕਨਵਰਟ ਕੀਤਾ ਜਾਏ, ਉਹਦੀ ਕੁਆਲੀਫਿਕੇਸ਼ਨ ਮੁਤਾਬਕ ਉਹਨੂੰ ਕਿਸੇ ਵੀ ਮਹਿਕਮੇ ਵਿੱਚ ਭਰਤੀ ਕੀਤਾ ਜਾਏ, ਔਰ ਮੇਰੀ ਦੇਖਭਾਲ ਕਰਨ ਵਾਸਤੇ ਵੀ ਹੋ ਗਿਆ, ਕਿਉਂਕਿ ਬੇਟੀਆਂ ਮੇਰੀ ਤਿੰਨ ਆਪਣੇ ਆਪਣੇ ਘਰ ਹੈਗੀਆਂ, ਅਤੇ ਛੋਟਾ ਬੇਟਾ ਮੇਰਾ ਜਿਹੜਾ ਨਾ ਉਹਨੂੰ ਹੈਗਾ, ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਨੌਕਰੀ ਦੇਣੀ ਹੈ, ਕੁਛ ਦੇਣੀ ਹੈ, ਨੌਕਰੀ ਆਲਰੇਡੀ ਜੇ CRPF ਪਹਿਲਾਂ ਹੀ ਆਪਣੇ ਕੋਲ ਬੁਕਤੇ 'ਤੇ ਸੀ, ਅਤੇ ਸਰਕਾਰ ਦੀ ਜਿਹੜੀ ਆਪਣੇ ਜਿਹੜਾ ਨਿਯਮ ਆ ਕਿ ਅਸੀਂ ਨੌਕਰੀ ਦਾਂਗਾ, ਉਹ ਮੇਰੀ ਰਿਕੁਐਸਟ ਹੈ ਕਿ ਇਹਦੇ ਉਧਰ ਕਨਵਰਟ ਕਰਕੇ ਇੱਧਰ ਕੀਤਾ ਜਾਏ। ਉਹਦੇ ਲੈਟਰ ਪਾਇਆ ਵੀ ਇਹ ਉਹਦੇ 'ਤੇ ਡਿਪੈਂਡ ਨਹੀਂ, ਅਤੇ ਇਹ ਸਰਕਾਰਾਂ ਕੀ ਕਹਿੰਦੀ, ਕੁਛ ਪਰਿਵਾਰ ਦਾ ਮੈਂਬਰ ਨਹੀਂ ਸੀਗਾ। ਅਸਲੀ ਆਜ਼ਾਦੀ ਜਿਹੜੀ ਪਹਿਲੇ ਵੀਰਾਂ ਨੇ ਲਈ ਸੀ ਜਾਂ ਇਹਨਾਂ ਵੀਰਾਂ ਨੇ ਕਾਇਮ ਰੱਖਣ ਵਾਸਤੇ ਕੀਤੀ ਆ, ਉਹ ਮੇਰਾ ਇਲੈਕਸ਼ਨ ਵੀ ਰਲੀ ਹੋਇਆ ਸੀਗਾ। ਤਾਂ ਮੇਰੀ ਬੇਨਤੀ ਇਹ ਹੈ ਕਿ ਮੇਰੇ ਬੱਚੇ ਨੂੰ ਤਦ ਹੀ ਮੇਰੀ ਵਾਸਤੇ 15 ਅਗਸਤ ਜਿਹੜੀ ਨਾ ਆਜ਼ਾਦੀ ਦਾ ਹੈਗਾ ਕਿ ਮੇਰੇ ਬੱਚਿਆਂ ਦੀ ਜਿਹੜੀ ਹੈ। ਦੂਜਾ ਪਰਿਵਾਰ ਪਿੰਡ ਪਠਾਨਚੱਕ ਦੇ ਕੀਰਤੀ ਚੱਕਰ ਵਿਜੇਤਾ ਸ਼ਹੀਦ ਨਾਇਕ ਸੂਬੇਦਾਰ ਬਲਦੇਵ ਰਾਜ ਦਾ ਹੈ, ਜਿਨ੍ਹਾਂ ਨੇ 1992 ਵਿੱਚ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੈਕਟਰ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਦਹਿਸ਼ਤ ਦਾ ਜਾਮ ਪੀ ਲਿਆ ਸੀ। ਉਹਨਾਂ ਦੀ ਸ਼ਹਾਦਤ ਦੇ 25 ਸਾਲ ਬੀਤ ਜਾਣ ਤੋਂ ਬਾਅਦ ਵੀ 15 ਅਗਸਤ ਜਾਂ ਫਿਰ 26 ਜਨਵਰੀ 'ਤੇ 1 ਸਾਲ ਤੋਂ ਇਲਾਵਾ ਪਰਿਵਾਰ ਨੂੰ ਸਰਕਾਰ ਤੋਂ ਅਜੇ ਤੱਕ ਕੁਝ ਨਹੀਂ ਮਿਲਿਆ। ਅਸਲ ਵਿੱਚ ਜਿਨ੍ਹਾਂ ਦੀ ਕੁਰਬਾਨੀ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਸਰਕਾਰ ਉਹਨਾਂ ਪਰਿਵਾਰਾਂ ਨੂੰ ਹੀ ਭੁਲਾ ਬੈਠੀ ਹੈ। ਇਸ ਲਈ ਇਹਨਾਂ ਪਰਿਵਾਰਾਂ ਲਈ ਇਹ ਆਜ਼ਾਦੀ ਗੁਲਾਮੀ ਨਾਲੋਂ ਵੀ ਮਾੜੀ ਹੈ। ਪਤੀ 1992 'ਚ ਇਸ ਪਾਰ ਹੋਏ ਸੀ, ਬਾਰਾਮੂਲਾ ਸੈਕਟਰ ਵਿੱਚ। ਉਸ ਟਾਈਮ ਤੋਂ ਬਹੁਤ ਬੁਰੀ ਹਾਲਤ ਸੀ, ਮੈਂ ਹੈ ਵੀ ਪ੍ਰੈਗਨੈਂਟ ਸੀ, ਗੁੜੀਆ ਹੋਈ ਸੀ। ਉਸ ਤੋਂ ਬਾਅਦ ਇਹ ਛੋਟਾ ਬੇਟਾ ਮੇਰਾ ਦੁੱਧ ਪੀਂਦਾ ਸੀ, ਇਹਨੂੰ ਕੋਈ ਪਤਾ ਵੀ ਨਹੀਂ ਆਪਣੇ ਜਿਹੜਾ ਦਾ। ਹਾਲਤ ਬੜੀ ਮਤਲਬ ਗੰਭੀਰ ਸੀ। ਜਦੋਂ ਵਿਚਾਰੇ ਚਲੇ ਗਏ ਦੁਨੀਆਂ ਤੋਂ, ਅਤੇ ਘਰਦਿਆਂ ਨੇ ਮੈਨੂੰ ਅਲੱਗ ਕਰਤਾ। 6 ਮਹੀਨੇ ਮੈਂ ਡੰਗਰਾਂ ਦੇ ਪਸ਼ੂਆਂ ਦੇ ਵਿੱਚ ਗੁਜ਼ਾਰਿਆ। ਮੈਂ ਫਿਰ ਆਪਣੇ ਜੋ ਇਹਨਾਂ ਨੇ ਸਰਕਾਰ ਨੇ 2-3 ਲੱਖ ਰੁਪਈਆ ਦਿੱਤਾ, ਘਰ ਘਰ ਬਣਾਇਆ, ਜਗ੍ਹਾ ਲੈ ਗਏ, ਬੱਚੇ ਪਾਲੇ, ਪੜ੍ਹਾਏ। ਉਹਨਾਂ ਨੇ ਵਾਅਦੇ ਕੀਤੇ ਸੀਗੇ ਤੁਹਾਨੂੰ ਵੀ ਬੱਚਿਆਂ ਨੂੰ ਜੋਬ ਮਿਲੇਗੀ, ਫਰੀ ਪੜ੍ਹਾਈਆਂ ਹੋਣਗੀਆਂ। ਨਾ ਪੜ੍ਹਾਈ ਤਾਂ ਚਲੋ ਆਪਣੇ ਬਲ ਬੁੱਤੇ ਕਰ ਲਈ ਉਹਨਾਂ ਮਾੜੀ ਚੰਗੀ, ਪਰ ਨੌਕਰੀ ਹਜੇ ਤੱਕ ਨਹੀਂ ਦਿੱਤੀ। ਜ਼ਮੀਨ ਦਾ ਵਾਅਦਾ ਕੀਤਾ ਸੀ, ਜ਼ਮੀਨ ਦਿਆਂਗੇ। ਗੈਸ ਏਜੰਸੀ ਦਾ ਕੀਤਾ ਸੀ ਵਾਅਦਾ, ਅਜੇ ਤੱਕ ਕੋਈ ਵਾਅਦਾ ਨਹੀਂ ਪੂਰਾ ਕੀਤਾ। ਅਤੇ ਸਾਡੀ ਇਹੀ ਮੰਗ ਆ ਕਿ ਚਲੋ ਜੋ ਵੀ ਦਿਨ ਦਿਹਾੜ ਆਉਂਦੇ ਨੇ, ਸਾਨੂੰ ਬਥੇਰੀ ਉਹਨਾਂ ਦੀ ਯਾਦ ਆਉਂਦੀ ਹੈ, ਪਰ ਅਸੀਂ ਕਰ ਕੁਛ ਨਹੀਂ ਸਕਦੇ। ਸਾਡੀ ਤਾਂ ਹਰ ਟਾਈਮ ਦੇ ਅੱਗੇ ਇਹੀ ਬੇਨਤੀ ਹੈ, ਚਲੋ ਜ਼ਮੀਨ ਜ਼ਿਆਦਾ ਸਾਨੂੰ ਕੀ ਦੇਣਾ, ਤੁਸੀਂ ਸਾਡੇ ਬੱਚਿਆਂ ਨੂੰ ਕੋਈ ਰੋਜ਼ੀ ਰੋਟੀ ਦਿਓ। ਆਜ਼ਾਦੀ ਕਹਿੰਦੀ ਮਨਾਉਣੀ ਹੈ, ਸਾਡੀਆਂ ਆਜ਼ਾਦੀਆਂ ਆਜ਼ਾਦੀਆਂ ਨੇ। ਉਸ ਟਾਈਮ ਵੀ ਉਹਨਾਂ ਨੇ ਬੜੇ ਵਾਅਦੇ ਕੀਤੇ ਸਾਡੇ ਨਾਲ, ਅਜੇ ਤੱਕ ਵਾਅਦਾ ਸਾਡਾ ਕੋਈ ਪੂਰਾ ਨਹੀਂ ਕੀਤਾ। ਸਾਨੂੰ ਇਹ ਜ਼ਮੀਨ ਤਾਂ ਚਲੋ ਕਹਿੰਦੇ ਅਸੀਂ ਨਹੀਂ ਦਿੰਦੇ, ਸਾਨੂੰ ਕੋਈ ਗੈਸ ਏਜੰਸੀ ਦਾ ਹੀ ਲਾਇਸੈਂਸ ਦਿੰਦੇ, ਸਾਡੇ ਬੱਚਿਆਂ ਨੂੰ ਜੋਬ ਦਿੰਦੇ, ਸਾਡੇ ਬੱਚੇ ਵੀ ਆਖਦੇ ਸਾਡਾ ਪਿਓ ਮਰਿਆ, ਸਾਨੂੰ ਕੁਛ ਦੇ ਕੇ ਗਿਆ, ਕੀ ਯਾਦ ਕਰਨਾ। ਨਾ ਤਾਂ ਬੱਚਿਆਂ ਕੋਲ ਰੋਜ਼ੀ ਰੋਟੀ ਹੈ, ਨਾ ਬੱਚਿਆਂ ਕੋਲ ਬਾਪ ਮਿਲਦਾ ਆ, ਕੁਛ ਵੀ ਨਹੀਂ ਹੈ, ਨਾ ਕੋਈ ਪ੍ਰੋਪਰਟੀ ਹੈ। ਦੇਸ਼ ਆਜ਼ਾਦੀ ਕੀ 72ਵੀਂ ਵਰਸ਼ਗਾਂਢ ਜੋ ਹੈ ਮਨਾਉਣੇ ਜਾ ਰਿਹਾ ਹੈ, ਵਹਾਂ ਪੇ ਇੱਕ ਸੁਰ ਮੇ ਹਮਾਰੇ ਰਾਜਨੇਤਾਓਂ ਦੁਆਰਾ ਉਨ ਸ਼ਹੀਦੋਂ ਕੋ ਯਾਦ ਕੀਆ ਜਾਏਗਾ, ਸੁਤੰਤਰਤਾ ਸੈਨਾਨੀਓਂ ਕੋ ਯਾਦ ਕੀਆ ਜਾਏਗਾ। ਲੇਕਿਨ ਇਸ ਉਤਸਵ ਕੇ ਪਿੱਛੇ ਇੱਕ ਗਹਿਨ ਅੰਧੇਰਾ ਹੈ, ਉਸ ਅੰਧੇਰੇ ਮੇ ਸਿਸਕੀ ਹੈ ਉਨ ਸ਼ਹੀਦ ਪਰਿਵਾਰੋਂ ਕੀ, ਜਿਨ੍ਹੋਂਨੇ ਆਪਣੇ ਜਿਗਰ ਕੇ ਟੁਕੜੇ, ਆਪਣੇ ਘਰੋਂ ਕੇ ਚਿਰਾਗ ਇਸ ਆਜ਼ਾਦੀ ਕੀ ਗਰਿਮਾ ਕੋ ਬਰਕਰਾਰ ਰੱਖਣੇ ਹੇਤੂ ਕੁਰਬਾਨ ਕਰ ਦੀਏ। ਕਿਆ ਸ਼ਹੀਦੋਂ ਕੋ ਯਾਦ ਸਿਰਫ 15 ਅਗਸਤ ਔਰ 26 ਜਨਵਰੀ ਕੋ ਯਾਦ ਕਰੇਂਗੇ? ਹਮਾਰਾ ਦਾਇਤਵ ਸਰਕਾਰੋਂ ਕਾ ਮਾਤਰ ਉਸ ਪਰਿਵਾਰ ਕੋ ਇੱਕ ਸ਼ਾਲ ਪਹਿਨਾ ਕਰੀ, ਹਮ ਆਪਣਾ ਦਾਇਤਵ ਪੂਰੇ ਕਰ ਲੇਂਗੇ। ਨਾ ਤੋ ਇਨ ਪਰਿਵਾਰੋਂ ਕੋ ਐਸੇ ਸਮਾਰੋਹ ਮੇਂ ਬੁਲਾਉਣਾ ਵੀ ਸਰਕਾਰ ਨੇ ਮੁਨਾਸਬ ਨਹੀਂ ਸਮਝਦੀ। 14 ਫਰਵਰੀ ਕੋ ਦੇਸ਼ ਨੇ ਇੱਕ ਬਹੁਤ ਬੜਾ ਹਮਲਾ ਝੇਲਾ,
जिनमें से एक दिनड़र का कांस्टेबल मनिंदर सिंह भी शामिल था। जब तिरंगे में लिपटी ही पार्थिव देह मनिंदर के घर पहुंची, मनिंदर के पिता श्री सतपाल अत्री जी पत्थर की मूर्त बन अपने बेटे को निहार रहे। उन्हें अपने बेटे के अंतिम दर्शन भी नसीब नहीं हुए, लेकिन उस वक्त सरकार के नुमाइंदों द्वारा, प्रतिनिधियों द्वारा इस परिवार का हौसला बढ़ाने के लिए बड़ी बड़ी लंबी लंबी घोषणा की गई। भारत के इन शहीदों तो अलावा होर कई हजारा शहीदों ने शहादत अजाम पी के इस देश की सुरक्षा की, पर समय समय दियां सरकारां वालों जिस तरह शहीदों के परिवारों नज़रअंदाज किया जाता है वह बेहद मंदभागा है। गुरदासपुर तो अवतार सिंह की स्पैशल रिपोर्ट के नाल ब्यूरो रिपोर्ट द डीवी एनआरआई।